ਤੁਸੀਂ ਇਦਾਂ ਦੇ ਬਣ ਨਹੀਂ ਸਕਦੇ ਕਿ ਲੋਕ ਤੁਹਾਨੂੰ ਪਸੰਦ ਕਰਨ। ਤੁਹਾਡੇ ਤੇ ਐਲੀਗੇਸ਼ਨ ਬਹੁਤ ਜ਼ਿਆਦਾ ਲਗਾਏ ਜਾਂਦੇ ਆ ਭਾਜੀ, ਸਾਰਾ ਕੁਝ ਮੈਂਟਲੀ ਜੁੜਿਆ। ਸੋਸ਼ਲ ਸਰਵਿਸ ਕਦੀ ਵੀ ਦਿਮਾਗ ਨਾਲ ਨਹੀਂ ਹੁੰਦੀ। ਤਾਂ ਜੇ ਇੱਕ ਦਿਨ ਨਹੀਂ ਅਸੀਂ ਸ਼ਡਿਊਲ ਕਰ ਸਕਦੇ ਤਾਂ ਮੈਂ ਕੌਣ ਆ ਸ਼ਡਿਊਲ ਕਰਨ ਵਾਲਾ ਐਨਜੀਓ ਨੂੰ? ਕਿਸੇ ਨੇ ਪਾਪਾ ਨੂੰ ਕਹਿਤਾ ਕਿ ਤੁਹਾਡਾ ਮੁੰਡਾ ਚਿੱਟੇ ਵੇਚਦਾ, ਕੱਪੜੇ ਕਿੱਥੋਂ ਪਾਉਂਦਾ? ਪਾਪਾ ਕੋਈ ਗੱਲ ਬਰਦਾਸ਼ਤ ਨਹੀਂ ਹੋਈ। ਤੁਹਾਡੇ ਹਿਸਾਬ ਨਾਲ ਰੋਡ ਜਾਮ ਕਰਨੀ ਸਹੀ ਸੀ? ਨਹੀਂ, ਬਿਲਕੁਲ ਗਲਤ ਸੀ ਰੋਡ ਜਾਮ ਕਰਨੀ, ਬਿਲਕੁਲ ਗਲਤ ਸੀ। ਲੜਾਈਆਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ। ਅਤੇ ਸਰਕਾਰਾਂ ਰੋਜ਼ ਚਾਰ ਧਰਨੇ ਲਾਉਂਦੀਆਂ, ਉਦੋਂ ਕੋਈ ਪੁੱਛਦਾ ਨਹੀਂ। ਕੀ ਅਨਮੋਲ ਇੱਕ ਆਮ ਤਰ੍ਹਾਂ ਦਾ ਮੁੰਡਾ ਹੀ ਹੈ ਜਿਹਨੂੰ ਕੋਈ ਕੁੜੀ ਪਸੰਦ ਆ ਜਾਏ ਜਾਂ ਉਹ ਵੀ ਗੇੜੀ ਵਗੈਰਾ ਲਾਉਂਦਾ ਹੈ? ਬਿਲਕੁਲ ਆਮ ਤੋਂ ਵੀ ਆਮ ਆ, ਬਟ ਆ ਗੇੜੀ ਵਾਲਾ ਕੰਮ ਆ, ਕੁੜੀ ਵਾਲਾ ਕੰਮ ਨਹੀਂ, ਕਿਉਂਕਿ ਇਹ ਸ਼ੋਭਾ ਨਹੀਂ ਦਿੰਦਾ। ਪਰ ਜਿਹੜੀ ਅਸਲ ਕਵਾਲੀ ਹੁੰਦੀ ਉਹ ਆਪਣੇ ਯਾਰ ਦੀ ਹੁੰਦੀ। ਤਾਂ ਕਈ ਯਾਰ ਆਪਣਾ ਉੱਪਰ ਵਾਲੇ ਨੂੰ ਸਮਝਦੇ ਨੇ, ਕਈ ਯਾਰ ਕੁੜੀ ਮੁੰਡੇ ਸਮਝਦੇ ਨੇ, ਪਰ ਸਾਡਾ ਯਾਰ ਨੇਚਰ ਵਾਲਾ, ਆਪਣੀ ਫੈਮਿਲੀ ਨੂੰ ਛੱਡ ਕੇ ਬਾਹਰ ਮੂੰਹ ਚੱਕ ਕੇ ਸੇਵਾ ਲਈ ਤੁਰਿਆ ਹੋਇਆ। ਸਭ ਤੋਂ ਉੱਤੇ ਫੈਮਿਲੀ ਦੀ ਸੇਵਾ, ਮਤਲਬ ਵਿਆਹ ਤੋਂ ਬਾਅਦ ਸੇਵਾ ਘੱਟ ਜਾਏਗੀ? ਨਹੀਂ, ਸੇਵਾ ਨਹੀਂ ਘਟੇਗੀ, ਆਪਾਂ ਲਿਆਣੀ ਘਰ ਵਾਲੀ ਉੱਦਾਂ ਦੀ ਨਾ ਜਿਹੜੀ ਐਡਜਸਟ ਕਰ ਸਕੇ। ਕਈ ਵਲੰਟੀਅਰਸ ਵਿਆਹ ਵੀ ਹੋਏ ਨੇ, ਫਿਰ ਉਹਨਾਂ ਦੀ ਫੈਮਿਲੀ ਕਿੱਦਾਂ ਰਿਸਪੋਂਸ ਕਰਦੀ ਹੈ ਸਾਰਾ? ਉਹਨਾਂ ਦੀ ਵਾਈਫ ਜਿਹੜੀਆਂ ਉਹ ਮੈਨੂੰ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਸੌਤਨ ਮੰਨਦੀਆਂ। ਸਾਡੇ ਕੋਲ ਬਹੁਤ ਵੀਰ ਨੇ ਐਸੇ ਜਿਹੜੇ ਮੈਰਿਡ ਨੇ, ਉਹਨਾਂ ਦੀ ਫੈਮਿਲੀ ਨੂੰ ਸਲਿਊਟ ਹੈ ਸੱਚੀ। ਜੇ ਮੈਂ ਉਹਨਾਂ ਦੀ ਜਗ੍ਹਾ ਹੁੰਦਾ ਸ਼ਾਇਦ ਮੈਂ ਇੰਨਾ ਟਾਈਮ ਨਾ ਦੇ ਪਾਉਂਦਾ ਜੀ ਉਹਨੂੰ, ਜਿੰਨਾ ਉਹ ਅਸਲ 'ਚ ਦੇ ਰਹੇ ਨੇ। ਉਹ ਪਰਮਾਤਮਾ ਵੀ ਕਿਤੇ ਨਾ ਕਿਤੇ ਜਾਣਦਾ ਕਿ ਨਹੀਂ ਯਾਰ, ਕਿਸੇ ਲਈ ਕਰ ਰਿਹਾ, ਆਪਣੇ ਲਈ ਨਹੀਂ। ਫਿਲਮਾਂ ਦਾ ਕੋਈ ਸ਼ੌਂਕ ਨਹੀਂ, ਨਾ ਕੋਈ ਗਾਣ ਦਾ ਸ਼ੌਂਕ, ਨਾ ਕੋਈ ਮਾਡਲਿੰਗ ਦਾ ਸ਼ੌਂਕ, ਬਟ ਫਿਰ ਵੀ ਪਰਮਾਤਮਾ ਨੇ ਸਟੇਜ 'ਤੇ ਲਿਆ ਕੇ ਖੜਾ ਕਰਤਾ। ਗਿੱਪੀ ਗਰਿਆਲ ਭਾਈ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸੋਚਿਆ ਕਿ ਤੂੰ ਇਸ ਐਨ ਜੀ ਓ ਨੂੰ ਹੋਰ ਵੱਡਾ ਕਰ। ਕਾਕਾ ਜ਼ਿੰਦਗੀ ਦੇ ਵਿੱਚ ਵੀ ਕਦੀ ਕਿਸੇ ਮੂਵੀ ਨੂੰ ਮਾੜਾ ਨਾ ਬੋਲੋ। ਅਕਸਰ ਤੁਸੀਂ ਇੱਕ ਨੌਜਵਾਨ ਨੂੰ ਸੋਸ਼ਲ ਮੀਡੀਆ 'ਤੇ ਲੋੜਵੰਦ ਮਰੀਜ਼ਾਂ ਦੀ ਸੇਵਾ ਕਰਦੇ ਹੋਏ ਦੇਖਿਆ ਹੋਏਗਾ। ਤੁਸੀਂ ਪਹਿਚਾਣ ਹੀ ਗਏ ਹੋਗੇ ਮੈਂ ਕਿਹੜੇ ਨੌਜਵਾਨ ਦੀ ਗੱਲ ਕਰ ਰਿਹਾ, ਅਤੇ ਮੈਨੂੰ ਉਸਦਾ ਨਾਂ ਲੈਣ ਦੀ ਵੀ ਜ਼ਰੂਰਤ ਨਹੀਂ ਹੈ। ਅੱਜ ਸਾਡੇ ਨਾਲ ਮੌਜੂਦ ਨੇ ਅਨਮੋਲ ਕੁਆਤਰਾ ਜੀ, ਆਓ ਇਹਨਾਂ ਨਾਲ ਗੱਲਬਾਤ ਕਰੀਏ ਅਤੇ ਇਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਣੀਏ ਅਤੇ ਪੁੱਛੀਏ ਵੀ ਇਹ ਸਭ ਕੁਝ ਕਿੱਦਾਂ ਮੈਨੇਜ ਕਰਦੇ ਨੇ। ਪਹਿਲਾਂ ਤਾਂ ਅਨਮੋਲ ਕੁਆਤਰਾ ਜੀ, ਵੀ ਤੁਸੀਂ ਇਹ ਆਪਣੀ ਸੋਸ਼ਲ ਲਾਈਫ ਅਤੇ ਆਪਣੀ ਪਰਸਨਲ ਲਾਈਫ ਇਹ ਕਿੱਦਾਂ ਮੈਨੇਜ ਕਰਦੇ ਹੋ? ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡੇ ਚੈਨਲ ਦਾ ਅਤੇ ਸਾਰੀ ਆਡੀਅੰਸ ਜਿਹੜੀ ਸੁਣ ਰਹੀ ਹੈ, ਕਿ ਪਰਮਾਤਮਾ ਨੇ ਇਸ ਕਾਬਿਲ ਬਣਾਇਆ ਕਿ ਸਾਡੇ ਬੋਲ ਤੁਸੀਂ ਸੁਣ ਰਹੇ ਹੋ ਸਾਰੇ। ਅਤੇ ਸੋਸ਼ਲ ਲਾਈਫ ਅਤੇ ਪਰਸਨਲ ਲਾਈਫ ਇਹ ਦੋਨਾਂ ਨੂੰ ਮੈਨੇਜ ਕਰਨਾ ਸਭ ਤੋਂ ਔਖਾ ਟਾਸਕ ਆ ਦੁਨੀਆ ਦਾ, ਕਿਉਂਕਿ ਤੁਸੀਂ ਉਹ ਚੀਜ਼ ਲੋਕਾਂ ਨੂੰ ਦਿਖਾਉਣੀ ਹੈ ਜੋ ਉਹ ਪਸੰਦ ਕਰਨ। ਜੇ ਤੁਸੀਂ ਲੋਕਾਂ ਦੇ ਹਿਸਾਬ ਨਾਲ ਜੀਓਗੇ ਤਾਂ ਆਪਣੀ ਜ਼ਿੰਦਗੀ ਨਹੀਂ ਜੀ ਸਕਦੇ, ਬਟ ਤੁਸੀਂ ਇੱਦਾਂ ਦੇ ਬਣ ਨਹੀਂ ਸਕਦੇ ਕਿ ਲੋਕ ਤੁਹਾਨੂੰ ਪਸੰਦ ਕਰਨ। ਬਟ ਫਿਰ ਵੀ ਜਿੰਨੇ ਜੋਗੇ ਹੈਗੇ ਕੋਸ਼ਿਸ਼ ਕਰੀ ਜਾਂਦੇ ਕਿ ਪਰਸਨਲ ਲਾਈਫ ਅਤੇ ਸੋਸ਼ਲ ਲਾਈਫ ਇੱਦਾਂ ਦੀ ਬਣਾ ਕੇ ਰੱਖੀਏ ਕਿ ਆਪਣੇ ਸ਼ੌਂਕ ਚਾਅ ਵੀ ਪੂਰੇ ਹੁੰਦੇ ਰਹਿਣ ਅਤੇ ਜਿਹੜੇ ਦੇਖਣ ਵਾਲੇ ਨੇ ਆਡੀਅੰਸ ਉਹ ਵੀ ਖੁਸ਼ ਹੁੰਦੀ ਰਹੇ। ਤੁਸੀਂ ਆਪਣੀ ਐਨ ਜੀ ਓ ਦਾ ਨਾਂ ਰੱਖਿਆ ਸੀ ਵੀ ਡੋਂਟ ਅਸੈਪਟ ਮਨੀ ਐਂਡ ਥਿੰਗਸ, ਮਤਲਬ ਤੁਸੀਂ ਕਿਉਂ ਇਹ ਨਾਂ ਚੁਣਿਆ? ਵੀ ਤੁਹਾਨੂੰ ਪਹਿਲਾਂ ਹੀ ਜਿਵੇਂ ਐਨ ਜੀ ਓ 'ਤੇ ਇਲਜ਼ਾਮ ਲਾਏ ਜਾਂਦੇ ਵੀ ਇਹ ਪੈਸੇ ਖਾਂਦੀਆਂ ਨੇ, ਤੁਹਾਡੇ ਦਿਮਾਗ 'ਚ ਪਹਿਲਾਂ ਹੀ ਆ ਗਿਆ ਸੀ ਵੀ ਮੇਰੇ 'ਤੇ ਇਲਜ਼ਾਮ ਲੱਗਣਗੇ? ਬਿਲਕੁਲ ਭਾਜੀ, ਐਜ਼ ਅ ਯੰਗਸਟਰ ਜਦੋਂ ਕਾਲਜ ਦੇ ਵਿੱਚ ਪੜ੍ਹਦੇ ਸੀ ਬੜਾ ਸ਼ੌਂਕ ਸੀ ਕੱਪੜਿਆਂ ਦਾ, ਗੱਡੀਆਂ ਦਾ, ਜਿੱਦਾਂ ਜੋ ਯੂਥ ਨੂੰ ਹੁੰਦਾ ਵਾਲ ਬਣਾ ਕੇ ਰੱਖਣੇ, ਜਿਮ ਜਾਣਾ, ਤਾਂ ਇਹ ਚੀਜ਼ਾਂ ਦੇ ਨਾਲ ਨਾ ਇੱਕ ਸੋਸ਼ਲ ਸਰਵਿਸ ਮੈਚ ਨਹੀਂ ਕਰਦੀ ਸੀ। ਜਿੱਦਾਂ ਆਪਾਂ ਕਹਿੰਦੇ ਪਹਿਰਾਵਾ ਸੇਵਾ ਵਾਲਾ ਨਹੀਂ ਸੀਗਾ, ਵਾਲ ਖੜੇ ਆ, ਜੈੱਲ ਲੱਗੀ ਆ, ਸਪਰੇ ਲੱਗੀ ਹੋਈ ਵਾਲਾਂ 'ਤੇ, ਐਨ ਫਟੀਆਂ ਜੀਨਾਂ ਪਾਈਆਂ ਹੋਈਆਂ। ਹੁਣ ਇਹ ਚੀਜ਼ ਅਸੀਂ ਕਿੱਦਾਂ ਲੋਕਾਂ ਨੂੰ ਦੱਸਦੇ ਕਿ ਸਾਡੇ ਦਿਲ 'ਚ ਵੀ ਸੇਵਾ ਭਾਵਨਾ ਹੈਗੀ? ਜਦੋਂ ਸਾਡੀ ਜੀਨਾਂ ਵੱਲ ਦੇਖਦੇ ਕਹਿੰਦੇ ਤਾਂ ਫੁੱਕ ਰਹੇ ਆ, ਇਹ ਕਿੱਥੋਂ ਸੇਵਾ ਭਾਵਨਾ ਵਾਲੇ ਹੋ ਸਕਦੇ? ਬਟ ਹੁਣ ਜੇ ਮੈਂ ਲੋਕਾਂ ਨੂੰ ਦਿਖਾਉਣ ਵਾਸਤੇ ਆਪਣਾ ਪਹਿਰਾਵਾ ਬਦਲਦਾ ਤਾਂ ਵੀ ਆਪਣੇ ਨਾਲ ਕੰਪਰੋਮਾਈਜ਼ ਸੀ, ਕਿਉਂਕਿ ਮੈਨੂੰ ਸ਼ੌਂਕ ਹੈ ਜੇ ਜਿੰਮ ਦਾ, ਮੈਨੂੰ ਸ਼ੌਂਕ ਹੈ ਫੱਟੀ ਪੈਂਟ ਪਾਉਣ ਦਾ, ਤਾਂ ਮੈਂ ਸਿਰਫ ਲੋਕਾਂ ਦੇ ਅੱਗੇ ਨੰਬਰ ਬਣਾਉਣ ਪਿੱਛੇ ਨਹੀਂ ਬਦਲ ਸਕਦਾ ਸੀ। ਤਾਂ ਮੇਰੇ ਦਿਮਾਗ 'ਚ ਇੱਕੋ ਗੱਲ ਹੁੰਦੀ ਸੀ ਕਿ ਐਸੀ ਐਨ ਜੀ ਓ ਖੋਲੀਏ ਜਿਹਦੇ ਨਾਲ ਲੋਕ ਇਲਜ਼ਾਮ ਨਾ ਲਾ ਪਾਉਣ, ਤਾਂ ਮੇਰੇ ਦਿਮਾਗ 'ਚ ਆਇਆ ਕਿ ਐਸੀ ਐਨ ਜੀ ਓ ਖੋਲਣੀ ਜਿਹਦੇ 'ਚ ਅਸੀਂ ਪੈਸਾ ਨਹੀਂ ਲੈਣਾ, ਕੋਈ ਅਕਾਊਂਟ ਨੰਬਰ ਨਹੀਂ, ਕੋਈ ਚੈੱਕ ਨਹੀਂ, ਕੋਈ ਪੇਟੀਐਮ ਨਹੀਂ, ਕੋਈ ਪੈਸੇ ਨਹੀਂ। ਫਿਰ ਮੈਂ ਨਾਮ ਸੋਚਣ 'ਤੇ ਮਜਬੂਰ ਹੋ ਗਿਆ ਐਨ ਜੀ ਓ ਦਾ, ਫਿਰ ਮੈਂ ਦੋ ਤਿੰਨ ਨਾਮ ਸੋਚੇ, ਮੈਂ ਸੋਚਿਆ ਯਾਰ ਇਹ ਐਨ ਜੀ ਓ ਦਾ ਨਾਮ ਪੜ੍ਹਦੇ ਹੀ ਐਕਸਪਲੇਨ ਕਰਨਾ ਪੈਣਾ ਲੋਕਾਂ ਨੂੰ ਕਿ ਸਾਡਾ ਅਕਾਊਂਟ ਨੰਬਰ ਨਹੀਂ ਹੈ, ਇਹ ਨਹੀਂ ਹੈ। ਫਿਰ ਜਦੋਂ ਬੜਾ ਮੱਥਾ ਮਾਰਿਆ ਫਿਰ ਆਪਾਂ ਨਾਮ ਹੀ ਰੱਖਤਾ ਵੀ ਡੋਨਟ ਅਸੈਪਟ ਮਨੀ ਔਰ ਥਿੰਗਸ। ਅਕਸਰ ਦੇਖਿਆ ਗਿਆ ਵੀ ਤੁਹਾਡੇ 'ਤੇ ਐਲੀਗੇਸ਼ਨ ਬਹੁਤ ਜ਼ਿਆਦਾ ਲਗਾਏ ਜਾਂਦੇ ਆ, ਕਿਵੇਂ ਆ ਸਭ ਨੂੰ ਟੈਕਲ ਕਰਦੇ ਹੋ?
एन जी ओ का नाम रखा सी वी डू नॉट एक्सैप्ट मनी और थिंग्स जे सुनने तो बाद भी लोगों गल्लां उही ने फिर वो तो फिर होर गल्लां आ जांदियां कि चलो जे लोगों ने कैशलैस एन जी ओ नहीं बख्शा तो सोचो जिहड़ियां एन जी ओ फंड्स लैके काम करदियां वो भी चंगा कर रही उन्हां दा सर्वाइव होना किन्ना औखा हुंदा हैगा हालांकि वो भी कपड़े पाते हैं वो भी रोटी खाते हैं वो भी गड्डी घूमते हैं बट फिर भी वो अपने आप को किदां प्रूफ करते होने कि असीं कुछ नहीं खाते जे साडे लई इन्ना औखा हो रहा साडी एन जी ओ दा कोई अकाउंट नंबर नहीं किसी को पैसे लेंदे नहीं डायरैक्ट जे तुसीं पैसे देने तुसीं मरीज़ नूं दे दो तो असीं खाधे कित्थों चार साल तो यही नहीं कईयों अज तक प्रूफ कर पा रहे देखे हो तुम बहुत इमोशनल हो भी थोड़े कोई भी एलीगेशन लगता कई बार तो लाइव होकर किया भी मैं सेवा कंटिन्यू नहीं करनी तो मतलब थोड़े की मैंटली की फर्क पैंदा इन चीज़ों का भाजी सारा कुछ मैंटली जुड़िया सोशल सर्विस कभी भी दिमाग नाल नहीं होंगी जे मैं तुहानू कहां या मैं अपनी गल करा कि कल सवेरे भाजी तुसीं 9 बजे उठना 10 बजे ब्रेकफास्ट 11 बजे आ 12 बजे आ 1 बजे आ 2 बजे आ आपां एक दिन भी अपने शड्यूल के हिसाब नाल नहीं चल सकते टाइम अगे पिछे होगा रोटी नूं 11 भी बज सकते 12 भी बज सकते नहीं भी खा सकते तो जे एक दिन नहीं असी शड्यूल कर सकते तो मैं कौन आ शड्यूल करने वाला एन जी ओ नूं इमोशनल तो हो जाना मौके की मोमेंट्स से क्योंकि पता नहीं कल नूं की होना साडी एन जी ओ कोल बैकअप फंड्स नहीं है फंड्स नहीं है कि 2 करोड़ पिया मरीज आया चको 20,000 मरीज आया चको 1,00,000 बैकअप 0 पर मरीज लैन लिए किन्ने खड़े ने रोज़ डोनर चाहिए है फिर बंदा सोचता कि लुधियाना इन्ना तो नहीं है कि एक पेशेंट हेल्प नहीं करा सकता फिर इमोशनल भी बंदा जुड़ जाता पिछे काफ़ी न्यूज़ आई थोड़ी वीडियोज़ बहुत वायरल होया तो एक लड़ाई हुई तुसी मतलब वो सब नूं किद्दां परे रख्या किद्दां उस तो निकले तुसी वह जिंदगी का एक बहुत कह लो एक पार्ट सीगा हर कुछ जिंदगी जो भी हुंदा कुछ सीखने वास्ते हुंदा सिखाने वास्ते हुंदा तो जो भी होया बहुत माड़ा होया पापा दी किसी ने पापा नूं कहता कि तुहाडा मुंडा चिट्टे वेचदा है कपड़े कित्थों पाउंदा है पापा कोई गल बर्दाश्त नहीं हुई तो पापा ने मतलब वो चलो उहलियां गल्लां आपां की करनियां हुण पर उत्थों जो भी होया मैंने लोगों ने कहा कि तू रोड जाम करती तू आ करता तू यूथ का गलत फायदा चक लिया पर एक गल का जवाब दियो जिहड़े बंदे ने 4 सालां च कमाया ही प्यार होए जो भी ना जमावे तो फिर जमावे की 4 सालों सिर्फ असी लोगों का प्यार कमाया सी रुपया नहीं घर लैके गया मैं लोगों का ना मैं कोई ऐसी चीज़ लैके गया कि लोग कहें हाँ भी इन्हें 4 साल चाह कमा लिया कमाया सी प्यार जो भी ना जमा तो फिर मेरे पल्ले की सी होर जो तुसी रोड जाम की उदो फेसबुक पर न्यूज़ आई भी कई एम्बूलेंस वो जाम च रुक गई कि रोड जाम करनी सही सी नहीं बिल्कुल गलत सी रोड जाम करनी बिल्कुल गलत सी लड़ाइया बिल्कुल नहीं करनिया चाहिए बट जो गल फादर से आ जाए उदो बंदा अपने होश खो पैंदा मैं अज सारा कुछ अपने पापा करके आ तो जे पापा तो कोई गल होगी तो गल जायज है नहीं कि मैं पापा ना खड़ूंगा नहीं अपने बाकी एम्बूलेंस उत्थे कोई नहीं रुकिया से जिन्या रुकिया से मेरे वीर ने खड़ाती से बाकी गल्लां करनिया तो बहुत होंदिया इतने सरकार रोज़ 4 धरने लादियाँ उदो कोई पुछता नहीं जे एक चंगे काम में लग गया तो वह इशू बहुत क्रिएट हुआ बट टूडे एवरीथिंग इज़ नॉर्मल हूँ सही है सारा परमात्मा ने साथ दिता फिर सपोर्ट कर रहे लोग तुहाडे पेरेंट्स का की होंदा भी जो तुहाडे ते एलीगेशन लाए जाते उन्हां दा की रिएक्शन होंदा पेरेंट्स बहुत हसते रहते देख के कि देख ला कि इन्ना कुछ करने के बावजूद भी पर देखा जाए तो आप गल क्यों करनी है मतलब प्यार करने वाले ज़्यादा एलीगेशन वाले घट ने 1% 2% हो गए 98% आप देखिए जेडे प्यार कर रहे प्यार करने वाले सिर है परमात्मा तो उतला दर्जा भी जो कोई होना दे दो अनमोल की सेवा भाव वाली इमेज तो सब ने देखी है कि अनमोल एक आम तरह का मुंडा ही है जिन्हों कोई कुड़ी पसंद आ जाए या वह भी गेड़ी वगैरह लाता है या वह भी कितने घूमन जाता है जो थोड़ा सवाल शुरू होया ना आम वाला तो मैं जवाब दे लगा बिल्कुल आम तो भी आम आ बट आ गेड़ी वाला काम आ कुड़ी वाला काम नहीं क्योंकि ये शोभा नहीं दिंदा साड़ी तार उत्ते जा चुकी है कम्मा तो एक यंगस्टर दे विच सिर्फ एक प्यार मुहब्बत एक कुड़ी ते मुंडे दी नहीं हुंदी साड़ी मुहब्बत पेशेंटा नाल जिहड़े अपने घर तो बेघर हो जाते हैं पैसे नहीं होंदे क्योंकि नुसरत साहब की सी जो कवाली सुनीए तो जिहड़ा कवाली सुनने वाला हुंदा आशक होवे वो अपनी गर्लफ्रेंड नूं डेडिकेट करता पर जिहड़ी असल कवाली हुंदी वो अपने यार की हुंदी तो कई यार अपना उपर वाले समझते हैं कई यार कुड़ी मुंडे समझते हैं पर साडा यार नेचर वाला विआह बारे की सोचते हो भी तुसीं आप कहिंदे भी तुसीं 2-2 बजे फ्री होंदे हो कल नूं जे कोई आएगी वो सैंड कर लूगी भी अनमोल 2-2 बजे आ रहे नहीं तुहानूं मैं खुश पसंद नहीं लग रहा नहीं विआह वाली गल तां भाजी चलो एक ना एक दिन तो होना ही है तो जिहड़ा उहदा बनदा टाइम ऑफकोर्स अज आपां छड़े हाँ अज आपां नहीं इन्नियां जिम्मेदारियां हैगियां सिर दे उत्ते उह करदे ने अजे पाईआं नहीं कि असीं 2 बजे चल गए घरे कदों कोई पता नहीं टाइम का पर हाँ ऑफकोर्स जदों कोई बगानी थी आऊगी अपना सारा कुछ छड़ के उदों मेरे आ लक्षण नहीं रहणगे क्योंकि जदों कल नूं मेरी सिस्टर भी किसी घर जाऊगी तो मैं नहीं बर्दाश्त करूँगा कि मुंडा 2 बजे घर आ रहा है
अपनी फैमिली छड के बाहर मूँह चक के सेवा लिए तुरया होया। सब तो उत्ते फैमिली की सेवा, अपनी फैमिली खुश है फिर बाहर। मतलब व्याह तो बाद सेवा घट जाएगी? नहीं सेवा नहीं घटेगी, आप लियानी घर वाली उदा दी ना जी एडजस्ट कर सके कि हाँ उन्होंने पता है कि जो दो बजे तक बाहर है तो किसी पेशेंट लिए बाहर है, कोई गेड़ी से कोई शराबा से कोई जुए से बाहर नहीं बैठा। जे मेरा हसबेंड वाली सोचू कि जो दो बजे बाहर बैठा किसी पेशेंट लिए बैठा बनना टाइम देवे उन्होंने। वॉलंटियर जो ने दो दो बजे तक थोड़े नाल ही होंगे, कई वॉलंटियर विआए भी हुए ने, फिर उन्हों की फैमिली कितना रिस्पोंस करती है? उन्हों की वाइफ जी मैं जिंदगी दी सब तो बड़ी सौतन मानदी हैं कि साड़ी सौतन है, तो बट एट लास्ट जरूर गालां कढ़दे होणगे, वैसे कढ़दे नहीं होणगे, कुछ भी कहिंदे होणगे पर एंड च प्यार ही दिंदे आ कि कोई गल नहीं तू हमारा छोटा भाई है साड़ा देवर है जो भी है। साढ़े कोल बहुत वीर ने ऐसे जिहड़े मैरिड ने, उन्हों की फैमिली नूं सल्यूट है सच्ची। जे मैं उन्हां दी जगह हुंदा शायद मैं इन्ना टाइम ना दे पांदा इंजी उन्हें जिन्ना वो असल च दे रहे ने। अनमोल नूं किहड़े किहड़े स्ट्रगल का सामना करना पिया जदों उन्हें एनजीओ चलाई या हुण वी एनजीओ चला रहे? अनमोल नूं नहीं भाजी, लाइफ इज इक्वल टू स्ट्रगल, बिना स्ट्रगल तो जिंदगी है ही नहीं। एक कीड़ी बार बार पहाड़ चढ़ती है बार बार डिगदी है, हुण एक कीड़ी तो लैके जब हाथी तक स्ट्रगल करते तो साड़ी की औकात है? जे इत्थे स्ट्रगल ना होंदी अपनी जिंदगी मत्था मारदा होंदा पैसे कमाण वल, स्ट्रगल तो करनी पैनी है। एक बंदे ने रोटी भी खानी है शाम नूं उहनूं भी स्ट्रगल करनी पैनी, पर हाँ यह साड़ी स्ट्रगल थोड़ी परमात्मा साथ दे दिंदा क्योंकि असीं स्ट्रगल किसे लई कर रहे अपने लिए नहीं कर रहे। सारी दुनिया अपने लिए स्ट्रगल करती है, अड़चना बहुत आंदियां सानू भी आंदियां पर सानू इस लैवल तक दियां नहीं आंदियां, जे आंदियां तां परमात्मा साथ दे दिंदा स्ट्रगल दे विच कि उन्हां नूं पता है कि ये किसे लई कर रहा। देखो इन्ना कुछ होया मेरे नाल जिंदगी च, बड़ा कुछ होया, परसनल लाइफ डिस्टर्ब हुई, सोशल लाइफ डिस्टर्ब हुई, एंड दे विच फिर भी प्यार करने वाले खड़े ने। मतलब वो परमात्मा भी कितने ना कितने जानता है कि नहीं आ रहे किसे लई कर रहे अपने लिए नहीं। तुहाडी एक नवी फिल्म आ रही है संधू दे नाम तो, तुहानू ये रोल किदां ऑफर होया? फिल्म का नाम है जी एक संधू हुंदा सी, छोटे हुंदे तो फिल्मों का कोई शौक नहीं, ना कोई गाण का शौक ना कोई मॉडलिंग का शौक, बट फिर भी परमात्मा ने स्टेज पर लिया के खड़ा करता। जो मेन इस एनजीओ के वी डो नॉट एक्सैप्ट मनी और थिंग्स के सब तो वड्डी लोड है वह पब्लिसिटी, जिन्हों आप कहने फेम, क्योंकि तुहाडी लख तुसी वधिया मोटीवेशनल स्पीकर हो पर जे तुहानू सुनने वाले कन्न है नहीं तो यू आर जीरो, तुसी वधिया प्रचारक हो तो तुहानू सुन ही नहीं रहा कोई, तुसी कादे प्रचारक हो। तो साडे नाल भी उदां ही सी, साडे जिहड़े पेशेंट सी साडी बोली सी, असीं चाहुंदे सी कि उह बहुत लोकां तक पहुँचे, बट उह पहुँचणी तां सी जे साडे च कुछ खास हुंदा। खास की आ हुण तुसी जिम दीआं फोटोआं पातीआं, कप ड्रैसिंग कर ली, टिकटॉकां पा लईआं, गाणे च आ गए, तां इदां ही हुण फिल्म मूवी दे नाल कोई चाह नहीं सी मैनूं, पर फिर भी गिप्पी गरेयाल भाई का बहुत बहुत धन्यवाद जिन्होंने सोचा कि तू इस एन जी ओ होर वड्डा कर। हुण होर वड्डा तां ही होगी जे होर लोगों तक रीच होगी, होर लोगों तक रीच तां ही होगी जे कुछ ऐसा करांगे जिस लोग सानू देखण। तो फिल्म विच आने का सब तो वड्डा मकसद रीच करन दा ही सी कि लोगों तक होर रीच किदा जाए। गिप्पी गरेवाल जी ना काम करके किदा लग्या भी उन्हां दी नेचर किदा दी है? भाजी किस्मत आला मैं कम करन, मैं ये जवाब नहीं दे सकता मैनूं किदा दा लग्या। ऑफकोर्स आई एम ब्लेस्ड कि इन्ने वड्डे आर्टिस्ट नाल जिन्हां ने 25-25 साल जिन्हां नूं हो गए जिन्हां ने अपनी मूवी इंडस्ट्री नूं दित्ते उन्हां दा एक्सपीरियंस, असीं कुछ भी नहीं उन्हां मोरे भाजी। लोग सारी उम्र ला दें एक मूवी दे विच छोटा जिहा रोल लैण लई, पर तुसीं सोचो मैं ना कभी कोई प्रैक्टिस की ना मैं कभी मूवी का सोचा, फिर भी उन्होंने मैनूं नाल खड़ा लिया अपने एज़ अ हीरो कि वो हीरो ने मेन मेरा सैकेंड लीडिंग रोल है। तो शुक्र है परमात्मा का, ऑडियंस ने ऑडियंस में देखते हुए मैंने फिल्म का ऑफर आया ना कि इनू यूथ फॉलो करती है, जो फिल्मों चाहूगा कोई चंगा मैसेज दूगा वो मैसेज यूथ फॉलो करूगी। तुसी एक प्रोफेशनल एक्टर नहीं है, वो खाई नहीं हुई एक्टिंग करते हैं कट्स किन्ने को ले? पहले पहले दिन तो मूँह के रंग उड़े रहे, लाल मूँह रहा कि किदा कि जो क्योंकि असं मूँह हिला दें 3 घंटे की फिल्म देख के कि हाँ बेकार जी मेरे वर्गे बच्चे ही, पर जो मूवी असल शूट हुई तो पता लगा कि काका जिंदगी दे विच भी कभी किसी मूवी नूं माड़ा ना बोलो, कई कह दो कि हाँ होर बैटर हो सकती सी, क्योंकि एक मूवी नूं बनाने पिछे बहुत वड्डा रोल हुंदा भाजी असल दे विच विलन दा। जिहड़े विलन नूं असीं पसंद नहीं करदे फिल्म च जिन्नियां वो सट्टां खांदे ने, मैनूं हुण एक्सपीरियंस होया मैनूं लगदा आ फिल्म दे विच मेरा शूटिंग तो बाद मेरी विलन दे वल इज्जत ज़्यादा वध गई एक्टर नाल, क्योंकि लड़ाइया दे विच जदों विलन दे आपां करदे हां एक्शन हुंदा तो विलन हुंदा जिहड़ा विचारा इन्ने रगड़ के कभी गोडे रगड़े गए कभी लत्त रगड़ी गई कभी फ्रैक्चर हो गया, तो सल्यूट तो विलनस नूं है जिहड़े इन्नी स्ट्रगल करके एक्शन मूवी च करदे। मतलब गिप्पी गरेवाल जी नालों विलन दी इज्जत ज्यादा? नहीं नहीं गिप्पी भाजी का तो कंपैरिजन ही है नहीं, रियल लाइफ भी हीरो ने वो, तो चलो गिप्पी भाजी ने, बट एज एक्टिंग दे विच जो मैं एक्सपीरियंस किया कि उन्हों की भी बड़ी स्ट्रगल लाइफ। गिप्पी भाजी का थैंक यू, उन्होंने मैंने देखो इन्ना वड्डा प्लेटफॉर्म शेयर किया, नहीं तो वो चाहते तो ना करते, उन्होंने देखो देखिया कि मुंडे च हैगा एन जी ओ का जज्बा, तो उन्होंने अगे लिया। उन्होंने मैंने पहले एक सवाल पूछा कि
ਤੂੰ ਕੀ ਕਰਦਾ? ਮੈਂ ਕਿਹਾ ਜੀ ਮੈਂ ਕੁਛ ਵੀ ਨਹੀਂ, ਐਨ ਜੀ ਓ ਚਲਾਉਂਦਾ। ਕਹਿੰਦੇ ਖਰਚਾ ਖੁਰਚਾ? ਮੈਂ ਕਿਹਾ ਜੀ ਘਰੋਂ। ਹੱਸਣ ਲੱਗ ਗਏ, ਕਹਿੰਦੇ ਆਪਣੇ ਪੈਰਾਂ 'ਤੇ ਖੜੇ ਨਹੀਂ ਹੋਣਾ। ਮੈਂ ਕਿਹਾ ਜੀ ਹੋਣਾ। ਕਹਿੰਦੇ ਵੀ ਕੀ ਕਰਨਾ? ਮੈਂ ਕਿਹਾ ਸੋਚਿਆ ਹੀ ਨਹੀਂ ਕਦੀ, ਕਿਉਂਕਿ ਐਨ ਜੀ ਓ ਤੋਂ ਕਦੀ ਵਿਹਲ ਨਹੀਂ ਮਿਲੀ, ਨਾ ਕਦੀ ਐਨ ਜੀ ਓ 'ਚ ਮੇਰੀ ਤਨਖਾਹ ਲੱਗੀ ਕਿ ਹਾਂ ਵੀ ਮੁੰਡਾ ਸਵੇਰ ਸ਼ਾਮ ਸੇਵਾ ਕਰਦਾ, ਤੇਲ ਲੱਗਦਾ, 3600 ਜਗ੍ਹਾ ਪੈਸੇ ਆਪਣੇ ਲੱਗਦੇ। ਫਿਰ ਭਾਈ ਕਹਿੰਦੇ ਅਤੇ ਜੇ ਫਿਲਮ 'ਚ ਕਰ ਲਈਏ ਤੁਹਾਨੂੰ ਪੈਸੇ ਵੀ ਮਿਲੂਗੇ, ਤੇਰੀ ਐਨ ਜੀ ਓ ਦਾ ਸੁਪਨਾ ਵੀ ਪੂਰਾ। ਤਾਂ ਮੈਂ ਸ਼ੌਕਡ ਹੋ ਗਿਆ। ਮੈਂ ਕਿਹਾ ਯਾਰ ਇਹ ਤਾਂ ਦੋਨੋਂ ਕੰਮ ਬਣ ਜਾਣੇ, ਆਪਣੇ ਪੈਰਾਂ 'ਤੇ ਵੀ ਖੜ੍ਹੇ ਹੋ ਜਾਵਾਂਗੇ, ਆਪਣੇ ਜੋਗੇ ਵੀ ਹੋ ਜਾਵਾਂਗੇ, ਅਤੇ ਮੂਵੀ 'ਚ ਰੀਚ ਵੀ ਹੋਰ ਮਿਲ ਜੂਗੀ। ਕਈ ਲੋਕ ਕਹਿੰਦੇ ਆ ਵੀ ਅਨਮੋਲ ਦਾ ਮੋਟਿਵ ਹੀ ਇਹੀ ਸੀ ਫੇਮਸ ਹੋਣਾ, ਫਿਲਮਾਂ 'ਚ ਹੀ ਆਉਣਾ ਚਾਹੁੰਦਾ ਸੀ ਉਹ, ਵੀ ਤਾਂ ਹੀ ਇਹ ਸਾਰਾ ਕੁਛ ਸ਼ੁਰੂ ਕੀਤਾ, ਲਾਈਵ ਆਉਣਾ ਸ਼ੁਰੂ ਕੀਤਾ। ਤੁਸੀਂ ਇਸ 'ਤੇ ਕੀ ਕਹਿਣਾ ਚਾਹੋਗੇ? ਬੜੇ ਜਵਾਬ ਨੇ ਇਸ ਗੱਲਾਂ 'ਤੇ। ਫਿਲਮਾਂ ਮੈਂ ਅੱਜ ਬੰਦ ਕਰ ਦਿੰਦਾ, ਅਗਲੀ ਫਿਲਮ ਨਹੀਂ ਲਊਂਗਾ, ਮੇਰਾ ਖਰਚਾ ਤੁਸੀਂ ਚੱਕ ਲਓ ਆ ਕੇ। ਜਿਹੜੇ ਵੀਰ ਇਹ ਸੋਚਦੇ ਨੇ, ਬਾਕੀ ਜਿਹੜੇ ਵਾਕਈ ਜੈਨੂਇਨ ਜਵਾਬ ਇਹ ਹੈ ਕਿ ਇਸ ਐਨ ਜੀ ਓ ਨੇ ਹੁਣ ਤੱਕ ਲੱਖਾਂ ਲੋਕਾਂ ਦੇ ਭਾਅ ਜੀ ਜਿਹੜੇ ਘਰ ਪੁੱਜਣ ਨੂੰ ਬਚ ਗਏ ਇਸ ਐਨ ਜੀ ਓ ਦੀ ਟੀਮ ਕਰਕੇ। ਮੈਨੂੰ ਲੱਗਦਾ ਕਿ ਜੇ ਇੱਕ ਟੀਮ ਇੰਨਾ ਕੰਮ ਕਰਕੇ ਇੱਕ ਫਿਲਮਾਂ 'ਚ ਆਉਣ ਲਈ ਟਰਾਈ ਕਰ ਰਹੀ ਹੈ ਤਾਂ ਬੜੀ ਛੋਟੀ ਜਿਹੀ ਗੱਲ ਹੈ। ਇੰਨੀ ਪੇਸ਼ੈਂਟਾਂ ਦੀ ਹੈਲਪ ਕਰਨ ਤੋਂ ਬਾਅਦ ਜੇ ਕੋਈ ਰੱਬ ਵੀ ਬਣਨਾ ਚਾਹੇ ਨਾ, ਉਹਨੂੰ ਉਹ ਵੀ ਬਣਾ ਦਿਓ, ਕਿਉਂਕਿ ਗਰਾਊਂਡ ਲੈਵਲ 'ਤੇ ਕੰਮ ਕਰਨਾ ਅਤੇ ਗੱਲਾਂ ਕਰਨੀਆਂ ਜ਼ਮੀਨ ਆਸਮਾਨ ਦਾ ਫਰਕ ਹੈ। ਫਿਰ ਤਾਂ ਸਾਰੇ ਸਿੰਗਰ ਐਕਟਰ ਇੱਦਾਂ ਹੀ ਬਣ ਜਾਣ ਸੋਸ਼ਲ ਸਰਵਿਸ ਕਰਕੇ, ਨਾਲ ਫੁੱਲ ਅਤੇ ਨਾਲੇ ਫਲੀਆਂ। ਪਰ ਇਹ ਲਾਈਫ ਸਿੰਗਿੰਗ ਅਤੇ ਐਕਟਿੰਗ ਨਾਲੋਂ ਕੰਪੈਰੀਜ਼ਨ ਨਹੀਂ ਹੈਗਾ। ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਸਿੰਗਰ ਆ ਦੁਨੀਆ 'ਚ, ਕਿੰਨਾ ਐਕਟਰ ਆ, ਵੀ ਡੋ ਨੋਟ ਕਿੰਨੀ ਆ। ਅਗਰ ਇੰਨੀ ਸੌਖੀ ਆ ਤਾਂ ਇੱਕੋ ਕਿਉਂ ਰਹਿ ਗਈ? ਅਗਰ ਲੋਕਾਂ ਨੂੰ ਲੱਗਦਾ ਕਿ ਸੌਖਾ ਤਰੀਕਾ ਲਾਈਵ ਹੋ ਜਾਓ ਫੇਸਬੁੱਕ 'ਤੇ, ਵੀ ਡੋ ਨੋਟ ਅਸੈਪਟ ਮਨੀ ਔਰ ਥਿੰਗਸ, ਫਿਰ ਤਾਂ ਜਿੱਥੇ ਅਸੀਂ ਹੋਸਪਿਟਲ ਬਹਿੰਦੇ ਹਾਂ ਰੋਜ਼ 50 ਪੇਸ਼ੈਂਟ ਦੇਖਦੇ ਹਾਂ, ਸਾਹਮਣੇ ਕਾਊਂਟਰ ਤੁਸੀਂ ਲਾ ਲਓ 50 ਦਾ, 100 ਪੇਸ਼ੈਂਟ ਹੋ ਗਏ ਨਾ, ਫਿਰ ਤੀਜਾ ਕਾਊਂਟਰ 50 ਦਾ ਇੱਕ ਹੋਰ ਲਾ ਲਓ 150, ਇੱਕ ਕਾਊਂਟਰ 50 ਦਾ ਹੋਰ ਲਾ ਲਓ, ਰੋਜ਼ ਦਾ 200 ਪੇਸ਼ੈਂਟਾਂ ਦਾ ਹੱਲ ਹੋ ਜੂ ਜੇ ਆਪਾਂ ਐਜ਼ ਕਹੀਏ ਕਿ ਫੇਮਸ ਹੋਣ ਲਈ। ਬਟ ਗੱਲ ਇਹ, 4 ਸਾਲਾਂ ਤੋਂ ਘਰ ਬਹਿ ਕੇ ਕੰਬਲ 'ਚ ਸਰਦੀਆਂ 'ਚ ਅਤੇ ਗਰਮੀਆਂ 'ਚ ਏਸੀ ਥੱਲੇ ਕਮੈਂਟ ਕਰਨੇ ਸੌਖੇ ਆ। ਕੰਮ ਤਾਂ ਉਦੋਂ ਹੁੰਦਾ ਜਦੋਂ ਬੰਦਾ ਮੈਦਾਨ 'ਚ ਆਉਂਦਾ। ਮਤਲਬ ਅਨਮੋਲ ਦੇ ਬਰਾਬਰ ਕੋਈ ਵੀ ਇੰਝ ਕੰਮ ਨਹੀਂ ਕਰਦਾ? ਅਨਮੋਲ ਦੀ ਨਹੀਂ ਕੀ ਔਕਾਤ ਭਾਅ ਜੀ ਮੇਰੀ, ਤਾਂ ਮੈਂ ਕੌਣ ਆ? ਇਹ ਸਾਰੇ ਮੈਂ ਗੱਲ ਕਰ ਰਿਹਾ ਕਿ ਜੇ ਇਹ ਕਿਹਾ ਜਾਂਦਾ ਕਿ ਫੇਮਸ ਹੋਣ ਲਈ ਕੀਤਾ ਜਾ ਰਿਹਾ ਤਾਂ ਉਹ ਜਵਾਬ ਸੀ ਬਰਾਬਰ। ਤਾਂ ਭਾਅ ਜੀ ਜਿਹੜਾ ਦੇਖੋ, ਹੁਣ ਮੈਂ ਵੀ ਇਨਸਾਨ ਹਾਂ, ਕਿੰਨੀਆਂ ਵੱਡੀਆਂ ਐਨ ਜੀ ਓਜ਼ ਬੈਠੀਆਂ ਨੇ, ਇੱਦਾਂ ਤਾਂ ਫਿਰ ਸਾਰੀ ਐਨ ਜੀ ਓਜ਼ ਹੀ ਫੇਮਸ ਹੋਣ ਲਈ ਕਰ ਰਹੀ। ਜੇ ਮੈਂ ਫੇਮਸ ਨਾ ਹੁੰਦਾ, ਸਪੋਜ਼ ਤੁਸੀਂ ਅੱਜ ਨਹੀਂ ਜਾਣਦੇ, ਆਪਾਂ ਇੰਟਰਵਿਊ ਕਰਨ ਆਉਂਦੇ? ਨਹੀਂ ਆਉਂਦੇ, ਕਿਉਂਕਿ ਤੁਹਾਨੂੰ ਕੋਈ ਜਾਣਦਾ ਹੀ ਨਹੀਂ। ਜੇ ਜਾਣਦੇ ਨਾ ਹੁੰਦੇ, ਅਜੇ ਕੰਟੀ ਦੀ ਸੇਵਾ ਕਰਨ ਆਏ USA ਤੋਂ, ਜੇ ਜਾਣਦੇ ਨਾ ਹੁੰਦੇ ਤਾਂ USA ਤੋਂ ਕਿੱਦਾਂ ਆਉਂਦੇ? ਇੱਕ ਮਰੀਜ਼ ਘਰ ਦੇ ਵਿੱਚ ਬੈਠਾ ਤੜਪ ਰਿਹਾ, ਉਹਨੂੰ ਪਤਾ ਲੱਗਿਆ, ਕਿੱਥੋਂ ਪਤਾ ਲੱਗਿਆ? ਫੇਸਬੁੱਕ ਤੋਂ, ਗੁਆਂਢੀਆਂ ਤੋਂ, ਕਿ ਉਹ ਮੁੰਡਾ ਹੈ ਮਦਦ ਕਰਦਾ। ਫੇਮਸ ਹੋਣਾ ਬਹੁਤ ਜ਼ਰੂਰੀ ਸਾਡੇ ਲਈ, ਕਿਉਂਕਿ ਫੇਮਸ ਨਹੀਂ ਹੋਵਾਂਗੇ ਲੋਕਾਂ ਤੱਕ ਕਿੱਦਾਂ ਪਹੁੰਚਾਵਾਂਗੇ ਆਪਣੀਆਂ ਗੱਲਾਂ? ਅਨਮੋਲ ਨੂੰ ਬਹੁਤ ਸਾਰਾ ਯੂਥ ਫੋਲੋ ਕਰਦਾ, ਬਟ ਅਨਮੋਲ ਕਿਹਨੂੰ ਫੋਲੋ ਕਰ ਰਿਹਾ? ਮੈਂ ਇਹਨਾਂ ਨੂੰ, ਯੂਥ ਨੂੰ, ਮੇਰੀ ਟੀਮ ਵੀ ਮੇਰਾ ਸਭ ਕੁਛ ਹੈ, ਮੈਂ ਉਹਨਾਂ ਨੂੰ ਵੀ ਫੋਲੋ ਕਰਦਾ। ਗੁਰਬਾਣੀ ਦਾ ਪ੍ਰਚਾਰ ਸੁਣ ਲੈਂਦੇ ਹਾਂ, ਗੁਰੂ ਸਾਹਿਬ ਦੇ ਕਿੱਸੇ ਸੁਣ ਲੈਂਦੇ, ਜਿੱਥੇ ਵੀ ਕੋਈ ਚੰਗੀ ਗੱਲ ਸਿਖਾਵੇ, ਭਾਵੇਂ ਸ਼੍ਰੀ ਰਾਮ ਜੀ ਬਾਰੇ, ਭਾਵੇਂ ਗੁਰੂ ਗੋਬਿੰਦ ਸਿੰਘ ਜੀ ਬਾਰੇ, ਬਹਿ ਕੇ ਸੁਣੀ ਦੀ ਹੈ, ਫਿਰ ਸ਼ੌਕਡ ਹੋ ਜਾਈਦੀ ਹੈ ਕਿ ਸਾਡੇ ਗੁਰੂ ਸਾਹਿਬ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ। ਅਸੀਂ ਤਾਂ 0.1% ਨਹੀਂ ਕਰ ਪਾ ਰਹੇ ਉਹਨਾਂ ਦਾ, ਸਾਡੇ ਗੁਰੂ ਸਾਹਿਬ ਨੇ ਪੂਰਾ ਪਰਿਵਾਰ ਵਾਰਤਾ। ਅੱਜ ਸਾਡੇ ਕੋਲ ਟਾਈਮ ਹੈ ਨਹੀਂ ਕਿਸੇ ਲਈ, ਕਿੰਨੀ ਚੀਪ ਗੱਲ ਹੈ ਨਾ। ਅਸੀਂ ਜਿਨ੍ਹਾਂ ਨੂੰ ਪੂਜਦੇ ਹਾਂ, ਜਿਹੜੇ ਗੁਰੂ ਸਾਹਿਬਾਂ ਨੂੰ ਅਸੀਂ ਸਵੇਰੇ ਸ਼ਾਮ ਦਿਨ 'ਚ ਕਿੰਨੀ ਵਾਰੀ ਯਾਦ ਕਰਦੇ ਹਾਂ, ਕੀ ਉਹਨਾਂ ਦੇ ਦੱਸੇ ਹੋਏ ਰਸਤੇ 'ਤੇ ਚੱਲ ਰਹੇ ਹਾਂ? ਬਿਲਕੁਲ ਨਹੀਂ। ਆਪਣੀ ਫੈਮਿਲੀ ਲਈ ਕਰਨਾ ਤਾਂ ਇੱਕ ਤਾਂ ਇੱਕ ਮਜਬੂਰੀ ਵੀ ਲਾ ਲਓ, ਇੱਕ ਤੁਹਾਡਾ ਧਰਮ ਹੈ ਆਪਣੀ ਫੈਮਿਲੀ ਲਈ ਜੀਣਾ, ਬਟ ਮਜ਼ਾ ਉਦੋਂ ਹੈ ਜਦੋਂ ਤੁਸੀਂ ਕਿਸੇ ਹੋਰ ਲਈ ਜੀਓ। ਕਿਹੜੇ ਪ੍ਰਚਾਰਕ ਨੂੰ ਸੁਣਦੇ? ਪ੍ਰਚਾਰਕ ਮੈਂ ਤੁਹਾਨੂੰ ਕਿਹਾ, ਜਿੱਥੇ ਮੇਰਾ ਕੋਲ ਕੋਈ ਕੋਲ ਬਹਿ ਜਾਵੇ, ਸੁਣਾ ਦੇਵੇ ਕੋਈ ਵੀ ਬਾਣੀ ਦੀ ਗੱਲ, ਕਿਸੇ ਵੀ ਧਰਮ ਦੀ ਕੋਈ ਗੱਲ ਚੰਗੀ ਸੁਣਾ ਦੇਵੇ, ਉਹਨੂੰ ਸੁਣਨਾ ਸ਼ੁਰੂ ਕਰ ਦਈਦਾ, ਉਹੀ ਸਾਡਾ ਗੁਰੂ ਹੁੰਦਾ। ਧੰਨਵਾਦ ਜੀ ਤੁਹਾਡਾ ਬਹੁਤ। ਇਹ ਸਨ ਸਾਡੇ ਨਾਲ ਅਨਮੋਲ ਕੁਆਤਰਾ, ਜਿਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਦੱਸਿਆ ਹੈ ਅਤੇ ਆਪਣੀ ਆਉਣ ਵਾਲੀ ਫਿਲਮ ਇੱਕ ਸੰਧੂ ਹੁੰਦਾ ਸੀ ਬਾਰੇ ਦੱਸਿਆ ਹੈ। ਉਹਨਾਂ ਨੇ ਇਹ ਵੀ ਦੱਸਿਆ ਵੀ ਉਹਨਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਅਤੇ ਗਿੱਪੀ ਗਰੇਵਾਲ ਦੀ ਨੇਚਰ ਉਹਨਾਂ ਨੂੰ ਬਹੁਤ ਵਧੀਆ ਲੱਗੀ। ਵਧੇਰੀ ਜਾਣਕਾਰੀ ਲਈ ਲੁਧਿਆਣਾ ਟਾਈਮਸ ਨਾਲ ਜੁੜੇ ਰਹੋ। ਕੁਵਰਜੋਤ ਸਿੰਘ ਦੀ ਰਿਪੋਰਟ, ਕੈਮਰਾਮੈਨ ਬਾਦਸ਼ਾਹ ਸਿੰਘ।